ਅੱਜ ਪਰਦਰਸ਼ ਕੋ ਹੁਣ ਸਮਾਂ ਹੋ ਗਿਆ ਹੈ ਤੁਹਾਨੂੰ ਆਪਣੇ ਅੱਜ ਦੇ ਖਾਸ ਮਹਿਮਾਨ ਦੇ ਨਾਲ ਮਿਲਾਉਣ ਦਾ ਜਿਨ੍ਹਾਂ ਬਾਰੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਿੱਖ ਚੈਨਲ ਦੇ ਵਿਹੜੇ ਬਹੁਤ ਸਾਰੀਆਂ ਅਦੀਬ ਸ਼ਖਸੀਅਤਾਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੇ ਬਹੁਤ ਸਾਰਾ ਗਿਆਨ ਵਿਗਿਆਨ ਹਾਸਲ ਕਰਨ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਕਮਿਊਨਿਟੀ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਵਾਸਤੇ ਵਾਤਾਵਰਣ ਨੂੰ ਸੰਭਾਲਣ ਵਾਸਤੇ ਬੜੇ ਉਹਨਾਂ ਨੇ ਯਤਨ ਕੀਤੇ ਆ ਤੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਉਹ ਪਹਿਲੀ ਗੱਲ ਤਾਂ ਉਹ ਕਮਿਊਨਿਟੀ ਵਾਸਤੇ ਜਾਂ ਭਾਈਚਾਰੇ ਵਾਸਤੇ ਇਹੋ ਜੀਆਂ ਕਾਰਵਾਈਆਂ ਗਤੀਵਿਧੀਆਂ ਸਰਗਰਮੀਆਂ ਕਰਦੇ ਆ, ਪਰ ਨਾਲ ਦੀ ਨਾਲ ਸਮਾਂ ਕੱਢ ਕੇ ਉਹ ਸਾਡੇ ਨਾਲ ਵੀ ਜੁੜਦੇ ਨੇ ਤੇ ਉਹ ਸਾਨੂੰ ਵੀ ਦੱਸਣਾ ਚਾਹੁੰਦੇ ਨੇ ਕਿ ਉਹ ਕੀ ਕੀ ਕਰ ਰਹੇ ਨੇ, ਕਿਹੜੀ ਕਿਹੜੀ ਚੀਜ਼ ਦੀ ਲੋੜ ਹੈਗੀ ਆ। ਸੋ ਇਹਨਾਂ ਸਾਰੀਆਂ ਗੰਭੀਰ ਸਮੱਸਿਆਵਾਂ ਨੂੰ ਜਾਂ ਇਹਨਾਂ ਮੁੱਦਿਆਂ ਨੂੰ ਜਾਂ ਵਿਸ਼ਿਆਂ ਨੂੰ ਛੋਹਣ ਵਾਲੀ ਇੱਕ ਸ਼ਖਸੀਅਤ ਦੇ ਨਾਲ ਸਾਡਾ ਪਿਛਲੇ ਸਮੇਂ 'ਚ ਵੀ ਮੇਲ ਹੋਇਆ ਸੀ, ਪਰ ਅੱਜ ਅਸੀਂ ਪਹਿਲੀ ਵਾਰੀ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਰਹੇ ਹਾਂ। ਉਹਨਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਸੰਧੂ। ਆ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਹਰਪ੍ਰੀਤ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਸਾਹਿਬ। ਐ ਸਭ ਤੋਂ ਪਹਿਲਾਂ ਹਰਪ੍ਰੀਤ ਜੀ, ਤੁਹਾਡੇ ਬਾਰੇ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਤੁਹਾਡਾ ਮੁੱਖ ਪੇਸ਼ਾ ਜਾਂ ਇੰਟਰਸਟ ਕੀ ਰਿਹਾ ਤੇ ਹੁਣ ਤੁਸੀਂ ਕੀ ਕਰ ਰਹੇ ਆ, ਥੋੜਾ ਆਪਣੇ ਬਾਰੇ ਜਿੱਦਾਂ ਇੱਕ ਕਿਸਮ ਦੀ ਆਪ ਜਾਣ ਪਛਾਣ ਸਾਡੇ ਦਰਸ਼ਕਾਂ ਨਾਲ ਕਰਾਓ ਜੀ। ਪਹਿਲਾਂ ਤਾਂ ਤੁਹਾਡੇ ਸਮੁੱਚੇ ਚੈਨਲ ਦੇ ਸਾਰੇ ਹੀ ਟੀਮ ਮੈਂਬਰਸ ਨੂੰ ਲੁਧਿਆਣੇ ਤੋਂ ਪੰਜਾਬ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਮੇਰੇ ਬਹੁਤ ਹੀ ਪਿਆਰੇ ਹਰਮਨ ਪਿਆਰੇ ਸਾਰੇ ਹੀ ਜਿੰਨੇ ਸਾਡੇ ਪੰਜਾਬ ਸੂਬੇ ਤੋਂ ਉੱਠ ਕੇ ਇੰਗਲੈਂਡ ਦੀ ਧਰਤੀ 'ਤੇ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਆਪਣੀ ਪਹਿਚਾਣ ਬਣਾਈ ਔਰ ਅੱਗੇ ਵਧੇ ਨੇ ਔਰ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਆ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਲੁਧਿਆਣੇ ਦਾ ਵਸਨੀਕ ਹੈ ਜੀ, ਜਿੱਦਾਂ ਤੁਹਾਨੂੰ ਪਤਾ ਹੈ, ਤੇ ਮੈਂ ਕਿਤੇ ਤੋਂ ਬੈਚਲਰ ਆਫ ਲਾਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ, ਫਿਰ ਮੈਂ ਡਿਸਟ੍ਰਿਕਟ ਲੁਧਿਆਣਾ ਜਿਹਨੂੰ ਆਪਾਂ ਜ਼ਿਲ੍ਹਾ ਕਚਹਿਰੀ ਦੇ ਵਿੱਚ ਬਤੌਰ ਇੱਕ ਫੌਜਦਾਰੀ ਵਕੀਲ ਕ੍ਰਿਮੀਨਲ ਲਾਇਰ ਪ੍ਰੈਕਟਿਸ ਸ਼ੁਰੂ ਕਰਕੇ ਸਾਈਡ ਬਾਈ ਮੈਂ ਡਿਪਲੋਮਾ ਕੀਤਾ ਹੈਗਾ ਇੰਟਰਨੈਸ਼ਨਲ ਪ੍ਰੈਕਟਿਸ ਇਨ ਹਿਊਮਨ ਰਾਈਟਸ ਐਂਡ ਕ੍ਰਿਮੀਨਲ ਪ੍ਰੋਸੀਜਰ ਫਰੋਮ ਕਾਲਜ ਆਫ ਇੰਗਲੈਂਡ ਵੇਲਸ ਲੰਡਨ। ਉਹ ਮੈਂ ਥਰੂ ਇੰਟਰਨੈਸ਼ਨਲ ਬਾਰ ਐਸੋਸੀਏਸ਼ਨ ਜਿਹੜੀ UK 'ਚ ਹੈਗੀ ਆ, ਉਹਨਾਂ ਦਾ ਮੈਂਬਰ ਹੋਣ ਦੇ ਨਾਤੇ ਮੈਨੂੰ ਉੱਥੇ ਦੇ ਥਰੂ ਇਹ ਮੈਂ ਡਿਪਲੋਮਾ ਕੀਤਾ। ਉਸ ਤੋਂ ਉਪਰੰਤ ਮੈਂ ਆਪਣੇ 15 ਸਾਲ ਦੀ ਪ੍ਰੈਕਟਿਸ ਡਿਸਟ੍ਰਿਕਟ ਕੋਰਟ ਤੋਂ ਸ਼ੁਰੂ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ, ਫਿਰ ਪਰਮਾਤਮਾ ਦੀ ਵੀ ਕਿਰਪਾ ਨਾਲ ਮੈਂ ਮੈਂਬਰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੀ ਬਣਿਆ, ਔਰ ਕੁਛ ਕੇਸਾਂ ਲਈ ਮੈਂ ਸੀਨੀਅਰ ਲਾਇਰਸ ਦੀ ਅਸਿਸਟੈਂਸ ਅਤੇ ਉਹਨਾਂ ਦੀ ਗਾਈਡੈਂਸ ਨਾਲ ਮੈਂ ਸੁਪਰੀਮ ਕੋਰਟ ਵੀ ਕੁਛ ਕੇਸਾਂ 'ਚ ਪੇਸ਼ ਹੋਣ ਦਾ ਮੈਨੂੰ ਮੌਕਾ ਮਿਲਿਆ। ਮੈਂ 2002 ਦੇ ਵਿੱਚ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਹੋਇਆ ਸੀ, ਔਰ ਮੈਂ ਉਸ ਵੇਲੇ ਇੱਕ ਸਬਜੈਕਟ ਅਡੋਪਟ ਕੀਤਾ ਸੀਗਾ NRI ਹੈਲਪਲਾਈਨ, ਕਿਉਂਕਿ ਉਦੋਂ ਵਟਸਐਪ ਜਾਂ ਹੋਰ ਇੰਸਟਾਗ੍ਰਾਮ ਅਦਰ ਸੋਸ਼ਲ ਮੀਡੀਆ ਦੇ ਜਿਹੜੇ ਪ੍ਰੋਸੈਸ ਹੈਗੇ ਆ ਇੰਨੇ ਨਹੀਂ ਸੀਗੇ। ਈਮੇਲਸ ਦੇ ਥਰੂ ਅਸੀਂ ਜਿੰਨੀਆਂ ਵੀ NRIs ਦੀਆਂ ਪ੍ਰੋਬਲਮਸ, ਚਾਹੇ UK ਦੇ ਨੇ, ਕੈਨੇਡਾ ਦਾ ਨੇ, ਆਸਟ੍ਰੇਲੀਆ, ਜਿੱਥੇ ਵੀ ਸਾਡੇ ਪੰਜਾਬੀ ਵਸਨੀਕ ਬੈਠੇ ਨੇ, ਸੋ ਉਹ ਵੀ ਇੱਕ ਤਜਰਬਾ ਵੀ ਅੱਛਾ ਹੋਇਆ, ਸੰਪਰਕ ਵੀ ਚੰਗਾ ਬਣਿਆ ਆਪਣੇ ਸਾਰੇ ਪੰਜਾਬੀਆਂ ਨਾਲ, ਔਰ ਲੀਗਲੀ ਕੰਮ ਕਰਨ ਦਾ ਵੀ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ, ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਬਾਰੇ ਜਾਣ ਕੇ ਕਿ ਤੁਸੀਂ ਤੁਹਾਡਾ ਪੈਸ਼ਨ ਕੀ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਤੁਹਾਡੀ ਜ਼ਿੰਦਗੀ 'ਚ ਮੋੜ ਆਇਆ। ਤੇ ਹੁਣ ਜਿਵੇਂ ਕਿ ਸਾਨੂੰ ਪਤਾ ਲੱਗ ਚੁੱਕਾ ਹੈ, ਜਦੋਂ ਤੁਸੀਂ ਥੈਟਫੋਰਡ ਵਿਖੇ ਸਾਡੀ ਪਹਿਲੀ ਮੁਲਾਕਾਤ ਹੋਈ ਸੀ, ਜਦੋਂ ਤੁਸੀਂ ਬਰਤਾਨੀਆ ਆਏ ਸੀ, ਤੇ ਬੜੀ ਖੁਸ਼ੀ ਹੋਈ ਤੁਹਾਡੇ ਬਾਰੇ ਜਾਣ ਕੇ ਕਿ ਤੁਸੀਂ ਪੰਜਾਬੀ ਵਿਰਸੇ ਨੂੰ, ਪੰਜਾਬੀ ਸਾਹਿਤ ਨੂੰ ਔਰ ਪੰਜਾਬੀ ਜੋ ਵਾਤਾਵਰਣ ਹੈ ਉਹਨੂੰ ਸੰਭਾਲਣ ਦਾ ਯਤਨ ਕਰ ਰਹੇ ਹੋ, ਤੇ ਨਾਲ ਦੀ ਨਾਲ ਜਿਹੜੀਆਂ ਇਤਿਹਾਸਿਕ ਯਾਦਗਾਰਾਂ ਨੇ ਉਹਨਾਂ ਨੂੰ ਸਾਂਭਣ ਦਾ ਯਤਨ ਕਰ ਰਹੇ ਹੋ, ਫਿਲਮਾਂ ਵੀ ਤੁਸੀਂ ਪ੍ਰੋਡਿਊਸ ਕਰ ਰਹੇ ਹੋ, ਇਹ ਬਹੁਤ ਹੀ ਸਾਨੂੰ ਇੱਕ ਮਾਣ ਵਾਲੀ ਗੱਲ ਹੈ। ਅਸੀਂ ਪ੍ਰਵਾਸੀ ਪੰਜਾਬੀ ਐਡੀ ਦੂਰ ਬੈਠੇ ਹੋਏ ਦੇਖਦੇ ਹਾਂ ਕਿ ਤੁਸੀਂ ਕਿਹੋ ਜਿਹੇ ਉੱਥੇ ਗਤੀਵਿਧੀਆਂ ਦੇ ਵਿੱਚ ਸਰਗਰਮੀਆਂ ਕਰ ਰਹੇ ਹੋ, ਤੇ ਇੱਧਰ ਨੂੰ ਮੁੜਨ ਦਾ ਤੁਹਾਡਾ ਕੀ ਸਬੱਬ ਬਣਿਆ? ਸਰ ਸਾਹਿਬ, ਜਿਸ ਤਰ੍ਹਾਂ
ਆਪਾਂ ਆਪਣਾ ਪਿਛੋਕੜ ਦੇਖਦੇ ਹਾਂ, ਪਿਛੋਕੜ ਆਪਣਾ ਆਪਣੇ ਘਰ ਆਪਣੇ ਮਾਪਿਆਂ ਤੋਂ ਹੀ ਆਪਾਂ ਸਭ ਕੁਝ ਸਿੱਖਦੇ ਹਾਂ। ਔਰ ਮਾਪਿਆਂ ਨੇ ਕਿਹਾ ਵੀ ਜੋ ਤੁਸੀਂ ਪਿਛਵਾੜੇ ਸਿੱਖਦੇ ਹੋ ਉਹਨੂੰ ਹੀ ਤੁਸੀਂ ਅੱਗੇ ਜ਼ਿੰਦਗੀ 'ਚ ਅੱਗੇ ਵਧਾਉਂਦੇ ਹੋ। ਸੋ ਮੈਂ ਪਹਿਲਾਂ ਤਾਂ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦਾ ਬੜਾ ਰਿਣੀ ਹਾਂ ਵੀ ਮੈਨੂੰ ਇੱਕ ਚੰਗੇ ਘਰ 'ਚ ਜਨਮ ਹੋਇਆ। ਮੇਰੇ ਪਿਤਾ ਜੀ ਸਰ ਤ੍ਰਿਲੋਚਨ ਸਿੰਘ ਸੰਧੂ, ਜਿਨ੍ਹਾਂ ਨੇ ਆਪਣੀ 43 ਸਾਲ ਦੀ ਸਰਕਾਰੀ ਨੌਕਰੀ ਉਹ ਬਤੌਰ ਅਸਟੇਟ ਆਫਿਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਉਹਨਾਂ ਨੇ ਕੀਤੀ। ਤੇ ਮੇਰੇ ਪਿਤਾ ਜੀ ਨੂੰ ਬੜਾ ਇੱਕ ਪੈਸ਼ਨ ਨੇਚਰ ਦੇ ਉੱਪਰ ਜੀ, ਇਹ ਨਹੀਂ ਵੀ ਉਹ ਯੂਨੀਵਰਸਿਟੀ 'ਚ ਕੰਮ ਕਰਦੇ ਸੀਗੇ, ਲੇਕਿਨ ਉਹ ਅੰਦਰੋਂ ਹੀ ਇੱਕ ਜਿਹਨੂੰ ਕਹਿੰਦੇ ਆ ਵੀ ਹੋਮ ਸੀਗਾ, ਉਹ ਦੇਖ ਕੇ ਮੈਨੂੰ ਵੀ ਇੱਕ ਸ਼ੌਕ ਸ਼ੁਰੂ ਤੋਂ ਹੋਇਆ। ਸੈਕਿੰਡਲੀ ਜਿਹੜਾ ਮੇਰਾ ਇੱਕ ਬਹੁਤ ਵੱਡੀ ਹੋਬੀ ਹੈਗੀ ਆ, ਰਾਈਟ ਫਰੋਮ ਮਾਈ 12th ਮੇ ਬੀ ਪਲੱਸ 2 ਤੋਂ, ਟੂ ਹੈਵ ਫੋਟੋਗ੍ਰਾਫੀ ਫਾਰ ਨੇਚਰ ਲੋਕੇਸ਼ਨ, ਨੈਚੁਰਲ ਲੋਕੇਸ਼ਨ ਜੀ। ਉਦੋਂ ਬੜੇ ਸਿੰਪਲ ਕੈਮਰੇ ਹੁੰਦੇ ਸੀ, ਆਪਣਾ ਤਾਂ ਹੁੰਦਾ ਨਹੀਂ ਸੀ, ਪਿਤਾ ਜੀ ਦੇ ਕੈਮਰੇ ਸਿੰਪਲ ਨਾ, ਜਿਹਦਾ ਬੜਾ ਵੱਡਾ ਲੈਂਸ ਹੁੰਦਾ ਸੀਗਾ ਜਾਂ ਕਿਸੇ ਖਾਸ। ਮੈਂ ਤਾਂ ਹਮੇਸ਼ਾ ਬਹੁਤ ਥੈਂਕਫੁਲ ਹਾਂ ਵੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਚਾਹੇ ਇੰਗਲੈਂਡ 'ਚ ਨੇ ਜਾਂ ਅਮੈਰੀਕਾ ਨੇ, ਉਹ ਹਮੇਸ਼ਾ ਮੈਨੂੰ ਬਚਪਨ ਤੋਂ ਕੈਮਰਾ ਭੇਜਦੇ ਰਹੇ, ਉਹਨਾਂ ਨੂੰ ਪਤਾ ਸੀ ਵੀ ਮੈਨੂੰ ਸ਼ੌਕ ਹੈ। ਸੋ ਮੈਂ ਉਸ ਆਪਣੀ ਹੋਬੀ ਨੂੰ ਅੱਗੇ ਵਧਾਇਆ। ਫਿਰ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਵੀ ਹਰ ਚੀਜ਼ ਲਈ ਪਿੱਛੇ ਤੁਹਾਡੇ ਮਾਂ ਬਾਪ ਦਾ ਹੀ ਰੋਲ ਹੁੰਦਾ ਹੈ। ਮੈਨੂੰ ਸੋਭੀ ਆਪਣੇ ਨਾਨਕੇ ਰਹਿਣ ਦਾ ਕੋਈ 18 ਸਾਲ ਮੌਕਾ ਮਿਲਿਆ, ਅਤੇ ਮੇਰੇ ਨਾਨਾ ਜੀ ਲੇਟ ਸਰ ਗੁਰਦੀਪ ਸਿੰਘ ਗਿੱਲ, ਜਿਹੜੇ ਕਿ ਲੁਧਿਆਣਾ ਦੇ ਪਹਿਲੇ ਸੀਨੀਅਰ ਸੁਪਰੀਟੈਂਡੈਂਟ ਆਫ ਪੁਲਿਸ ਰਿਟਾਇਰ ਹੋਏ ਸੀਗੇ, ਉਹ ਬੜੇ ਇੰਟਲੈਕਚੁਅਲ ਸੀਗੇ। ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਐਵਰੀ ਡੇ 5 ਵਰਡਸ ਜਿਹੜੇ ਆ ਉਹ ਲਰਨ ਕਰੋ, ਪਹਿਲਾਂ ਇੰਗਲਿਸ਼ ਦਾ ਮੀਨਿੰਗ ਅਤੇ ਪੰਜਾਬੀ। ਉਹਨਾਂ ਨੇ ਮੈਨੂੰ ਕਿਹਾ ਵੀ ਉਦੋਂ ਹਾਲੇ ਆਪਣਾ ਪੰਜਾਬੀ ਦਾ ਇੰਨਾ ਮਾਂ ਬੋਲੀ ਦਾ ਆਪਾਂ ਨਹੀਂ ਸੀ ਸੋਚਦੇ, ਲੇਕਿਨ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਵੀ ਆਪਾਂ ਪੰਜਾਬ ਦੇ ਹਾਂ, ਆਪਣੀ ਇਹ ਮਾਂ ਬੋਲੀ ਆ, ਆਪਾਂ ਕਿਤੇ ਵੀ ਪਰਮਾਤਮਾ ਜ਼ਿੰਦਗੀ 'ਚ ਪਹੁੰਚਾ ਦੇਵੇ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਇਹ ਜਿਹਨੇ ਤੁਹਾਨੂੰ ਕੋਈ ਦੱਸਿਆ ਹੋਵੇ, ਚਾਹੇ ਉਹ ਤੁਹਾਡਾ ਆਪਣਾ ਹੈ ਅਤੇ ਚਾਹੇ ਬਗਾਨਾ, ਉਹਨੂੰ ਕ੍ਰੈਡਿਟ ਜ਼ਰੂਰ ਦਿਓ। ਮੈਂ ਦੱਸਣਾ ਚਾਹੁੰਦਾ ਵੀ ਮੈਂ ਜਦੋਂ ਗ੍ਰੈਜੂਏਸ਼ਨ ਦੇ ਵਿੱਚ ਸੀਗਾ, ਮੇਰੇ ਨਾਨਾ ਜੀ ਨੇ ਕੋਲ ਬਹਿ ਕੇ ਮੈਨੂੰ ਪੰਜਾਬੀ ਦੇ ਵਿੱਚ ਦਸਖਤ ਕਰਕੇ ਮੇਰੇ ਹਰਪ੍ਰੀਤ ਸਿੰਘ ਸੰਧੂ ਕੀਤੇ ਅਤੇ ਕਹਿੰਦੇ ਆ ਲਿਖ। ਸੋ ਇਹ ਚੀਜ਼ਾਂ ਉੱਥੋਂ ਗ੍ਰੈਸਪ ਹੋਈਆਂ। ਮੈਂ ਫਸਟ ਟਾਈਮ 1993 ਦੇ ਵਿੱਚ ਜਦੋਂ ਲਾਅ ਦਾ ਸਟੂਡੈਂਟ ਸੀਗਾ, ਮੇਰੀ ਸਿਲੈਕਸ਼ਨ ਹੋਈ ਸੀਗੀ ਥਰੂ ਰੋਟਰੀ ਇੰਟਰਨੈਸ਼ਨਲ ਐਜ਼ ਅੰਬੈਸਡਰ ਆਫ ਗੁੱਡਵਿਲ ਟੂ ਫਰਾਂਸ। ਮੈਂ 8 ਵੀਕਸ ਲਈ ਫਰਾਂਸ ਗਿਆ ਸੀਗਾ ਰੋਟਰੀ ਇੰਟਰਨੈਸ਼ਨਲ ਦੇ ਖਰਚੇ 'ਤੇ, ਜਿਹਦੇ ਵਿੱਚ ਅਸੀਂ ਪੰਜਾਬੀ ਕਲਚਰ, ਆਪਣਾ ਆਪਣੀ ਪੰਜਾਬੀ ਸੱਭਿਅਤਾ ਇੱਕ ਸਬਜੈਕਟ ਉੱਥੇ ਲੋਕਾਂ 'ਚ ਸਾਂਝ ਕੀਤੀ। ਅਤੇ ਉਸ ਤੋਂ ਬਾਅਦ ਮੈਂ ਆ ਕੇ ਇੱਕ ਫਸਟ ਟਾਈਮ ਬੁੱਕਲੈਟ ਬਣਾਈ ਸੀ ਇੰਡੋ ਫਰੈਂਚ ਰਿਲੇਸ਼ਨਸ ਟੂਵਰਡਸ ਪੰਜਾਬੀ ਕਲਚਰ ਅਡੋਪਸ਼ਨ ਇਨ ਦਾ ਲਾਈਫਸ ਆਫ ਪੀਪਲ, ਜਿਹੜੀ ਕਿ ਵੀ ਅਸੀਂ ਬਾਹਰ ਤਾਂ ਨਹੀਂ ਖੈਰ ਪਹੁੰਚਾ ਸਕੇ, ਉਦੋਂ ਕਮਿਊਨੀਕੇਸ਼ਨ ਇੰਨੀ ਨਹੀਂ ਸੀਗੀ, ਲੇਕਿਨ ਪੰਜਾਬ ਦੇ ਇੰਸਟੀਟਿਊਸ਼ਨਸ ਪਹੁੰਚਾਈ। ਉਸ ਤੋਂ ਬਾਅਦ ਮੈਂ ਲਿਖਣਾ ਸ਼ੁਰੂ ਕੀਤਾ, ਮੇਰੇ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਹਿੰਦੁਸਤਾਨ ਟਾਈਮਸ ਔਰ ਸਾਡੀ ਜਿਹੜੀ ਡੇਲੀ ਅਜੀਤ ਅਖਬਾਰ ਆ, ਉਹਦੇ ਵਿੱਚ ਮੈਂ ਕੁਦਰਤ ਦੇ ਉੱਪਰ, ਰਿਲੀਜਨ ਦੇ ਉੱਪਰ, ਹੈਰੀਟੇਜ ਲੋਕੇਸ਼ਨਸ ਦੇ ਉੱਪਰ, ਔਰ ਖਾਸ ਕਰ ਜਿਵੇਂ ਮੈਂ ਸੈਰ ਘੁੰਮਣ ਜਾਂਦੇ ਸੀ, ਜਰਮਨੀ ਮੈਂ ਬੜਾ ਗਿਆ, ਮੈਂ ਫਰਾਂਸ ਗਿਆ, ਲੰਡਨ ਤੁਹਾਡੇ ਇੰਨੀ ਵਾਰੀ ਆਇਆ, ਮੈਂ ਇਹ ਦੱਸਣਾ ਚਾਹੁੰਦਾ ਵੀ ਮੈਂ ਇੰਗਲੈਂਡ 'ਤੇ ਸ਼ੇਕਸਪੀਅਰ ਟਾਊਨ 'ਤੇ ਵੀ ਆਰਟੀਕਲ, ਮੇਰਾ ਟ੍ਰਿਬਿਊਨ ਦੇ ਵਿੱਚ ਬਹੁਤ ਵੱਡਾ ਆਰਟੀਕਲ ਆਇਆ ਸੀਗਾ। ਸੋ ਉੱਥੋਂ ਮੈਨੂੰ ਇੰਥੂਸੀਆਜ਼ਮ ਮਿਲਿਆ, ਮੈਨੂੰ ਬੜਾ ਹੌਸਲਾ ਵੀ ਮਿਲਿਆ, ਔਰ ਮੈਨੂੰ ਜਦੋਂ ਬੰਦੇ ਦੀ ਇੱਕ ਇਨਸਾਨ ਦੀ ਪ੍ਰਸ਼ੰਸਾ ਹੋਵੇ ਜਾਂ ਤੁਹਾਨੂੰ ਕੋਈ ਇਕਨੋਲੇਜ ਕਰੇ, ਫਿਰ ਤੁਸੀਂ ਉੱਧਰ ਨੂੰ ਹੋਰ ਅੱਗੇ ਕਦਮ ਵਧਾਉਂਦੇ ਆ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ, ਕਿਉਂਕਿ ਆਪਣੇ ਪੰਜਾਬ ਵਿਰਸੇ ਨਾਲ ਜੁੜਿਆ ਹੋਇਆ ਆ, ਮੈਂ ਇਹ ਦੱਸਣਾ ਚਾਹੁੰਦਾ ਵੀ ਮੈਂ ਕਲਚਰ ਅਤੇ ਹੈਰੀਟੇਜ ਅਤੇ ਨੈਚੁਰਲ ਲੋਕੇਸ਼ਨ ਜਿਹੜੀਆਂ ਸਾਡੀਆਂ ਪੰਜਾਬ ਸੂਬੇ ਦੀਆਂ ਨੇ, ਉਹਨਾਂ 'ਤੇ ਮੈਂ ਬਹੁਤ ਟਾਈਮ ਜਦੋਂ ਵੀ ਮੇਰੇ ਕੋਲ ਹੋਵੇ, ਖਾਸ ਕਰ ਮੈਂ ਅਗਰ ਹਾਈਕੋਰਟ ਵੀ ਗਿਆ ਹੋਇਆ ਜਾਂ ਮੈਂ ਕਿਤੇ ਕੇਸਿਸ ਕਰਨ ਗਿਆ ਆ, ਮੇਰਾ ਕੈਮਰਾ ਜਾਂ ਮੇਰਾ ਥਿੰਗਸ ਆਰ ਆਲਵੇਜ਼ ਵਿਦ ਮੀ ਇਨ ਮਾਈ ਵਹੀਕਲ, ਅਤੇ ਮੈਂ ਜਿੱਥੇ ਵੀ ਕੋਈ ਲੋਕੇਸ਼ਨ ਮਿਲਦੀ ਆ, ਜਾਂ ਅਸੀਂ ਖਾਸ ਕਰ ਚੰਡੀਗੜ੍ਹ ਤੋਂ ਆ ਰਹੇ ਹਾਂ, ਕੋਸ਼ਿਸ਼ ਕਰੀਦੀ ਆ ਅਨੰਦਪੁਰ ਸਾਹਿਬ ਤੋਂ ਅੱਗੇ ਚਲੇ ਜਾਈਏ, ਜਿਹੜਾ ਤੁਹਾਡਾ ਨੰਗਲ ਡੈਮ ਹੈ ਉੱਥੋਂ ਸ਼ੁਰੂ ਕਰਕੇ। ਇਸ ਤੋਂ ਇਲਾਵਾ ਮੈਂ ਪੰਜਾਬ ਨੂੰ ਇੱਕ ਵੱਖਰੀ, ਜਿਹੜੀਆਂ ਜਿਹਨੂੰ ਮੈਂ ਕਹਿ ਸਕਦਾ ਤੁਹਾਡੇ ਨਾਲ ਸਾਂਝ ਕਰਨੀ ਚਾਹੁੰਦਾ ਵੀ ਅੱਜ ਪੰਜਾਬ ਸੂਬੇ 'ਚ ਬੈਠੇ ਵੀ
ਸਾਡੇ ਮੋਰ ਦੈਨ 50% ਆਬਾਦੀ ਨੂੰ ਇਹ ਨਹੀਂ ਪਤਾ ਵੀ ਸਾਡਾ ਪੰਜਾਬ ਬਹੁਤ ਸੋਹਣਾ ਹੈ। ਸਾਡੇ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਲੋਕੇਸ਼ਨਸ ਨੇ, ਚਾਹੇ ਹਰੀਕੇ ਪੱਤਣ ਲੈ ਲਈਏ, ਚਾਹੇ ਧਾਰ ਡੈਮ ਲੈ ਲਈਏ, ਚਾਹੇ ਅਸੀਂ ਰੋਪੜ ਡੈਮ ਲੈ ਲਈਏ। ਔਰ ਮੈਂ ਤਾਂ ਇਹ ਕਹੂੰਗਾ ਵੀ ਇਹੋ ਜਿਹੀਆਂ ਲੋਕੇਸ਼ਨਸ ਨੇ ਜਿਹੜੀਆਂ ਵੀ ਕਿਸੇ ਵੀ ਫੋਰਨ ਕੰਟਰੀ ਤੋਂ ਘੱਟ ਨੇ ਐਂਡ ਅਨਟੱਚ ਲੋਕੇਸ਼ਨਸ। ਵੈਰੀ ਸੈਲਡਮ ਪੀਪਲ ਨੋ ਦੈਟ। ਜਦੋਂ ਕੋਵਿਡ ਦਾ ਸਮਾਂ ਆਇਆ, ਮਹਾਂਮਾਰੀ ਦਾ ਸਮਾਂ ਆਇਆ, ਮੈਂ ਤੁਹਾਡੇ ਨਾਲ ਸਾਂਝ ਕਰਦਾ ਅੱਜ ਵੀ ਮੈਂ ਪਰਮਾਤਮਾ ਦੀ ਕਿਰਪਾ ਰਹੀ, ਮੈਂ 72 ਦਿਨ ਪੰਜਾਬ ਸੂਬੇ 'ਚ ਫਿਰ ਕੇ, ਕਿਉਂਕਿ ਉਦੋਂ ਕਾਇਨਾਤ ਕੁਦਰਤ ਨੇ ਇਹੋ ਜਿਹੀ ਸਾਫ਼ ਕਰ ਦਿੱਤੀ ਸੀ ਔਰ ਪਰਮਾਤਮਾ ਦਾ ਇੱਕ ਬੜਾ ਵਿਲੱਖਣ ਸੁਨੇਹਾ ਸੀ ਇਨਸਾਨ ਨੂੰ ਵੀ ਆਪਾਂ ਕੁਦਰਤ ਨੂੰ ਭੁੱਲ ਗਏ ਹਾਂ, ਆਪਾਂ ਕੁਦਰਤ ਦਾ ਸਤਿਕਾਰ ਕਰੀਏ। ਅਸੀਂ ਰੁੱਖ ਵੱਢਣ ਲੱਗ ਪਏ, ਅਸੀਂ ਪੁਰਾਣੀਆਂ ਇਮਾਰਤਾਂ ਨੂੰ ਢਾਹ ਕੇ ਨਵੀਆਂ ਇਮਾਰਤਾਂ ਬਣਾਉਣ ਲੱਗ ਪਏ। ਉਹ ਚੀਜ਼ ਦਾ ਇੱਕ ਬੜਾ ਸੁਚੱਜਾ ਸੁਨੇਹਾ ਅਕਾਲ ਪੁਰਖ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਔਰ ਮੇਰੇ 'ਤੇ ਪਰਮਾਤਮਾ ਦੀ ਬੜੀ ਕਿਰਪਾ ਹੋਈ, ਮੈਂ 72 ਦਿਨ ਪੰਜਾਬ ਸੂਬੇ ਦੀਆਂ ਅਨਟੱਚ ਲੋਕੇਸ਼ਨਸ ਔਰ ਇਹੋ ਜਿਹਾ ਸਾਫ਼ ਸੁਥਰਾ ਵਾਤਾਵਰਨ ਕੈਮਰੇ 'ਚ ਕੈਚ ਕੀਤਾ। ਉਸ ਤੋਂ ਬਾਅਦ ਮੈਂ ਕਹਿੰਦੀ ਹਾਂ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਕਈ ਮਿੱਤਰ ਔਰ ਸੀਨੀਅਰਸ, ਖਾਸ ਕਰ ਜਿਹਨਾਂ 'ਚ ਮੈਂ ਨਾਮ ਲਊਂਗਾ, ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦਾ, ਜਿਹੜੇ ਨਾਮੀ ਕਵੀ ਨੇ ਸਾਡੇ ਪੰਜਾਬ ਸੂਬੇ ਦੇ, ਉਹਨਾਂ ਨੇ, ਪਦਮ ਭੂਸ਼ਣ ਡਾਕਟਰ SS ਜੌਹਲ ਸਾਹਿਬ, ਫੋਰਮਰ ਵਾਈਸ ਚਾਂਸਲਰ, ਉਹਨਾਂ ਦੀ ਗਾਈਡੈਂਸ ਦੇ ਨਾਲ, ਡਾਕਟਰ ਜਸਪਾਲ ਸਿੰਘ ਸੰਧੂ ਜਿਹੜੇ ਮੌਜੂਦਾ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਸੀਨੀਅਰਸ ਦੀ ਗਾਈਡੈਂਸ ਦੇ ਨਾਲ ਮੈਂ ਇਹਨੂੰ ਇਨੀਸ਼ੀਏਟ ਕਰਕੇ ਇੱਕ ਬਹੁਤ ਵੱਡਾ ਪ੍ਰੋਜੈਕਟ ਤਿਆਰ ਕੀਤਾ ਜਿਸਦਾ ਅਸੀਂ ਟਾਈਟਲ ਰੱਖਿਆ ਸਾਡਾ ਸੋਹਣਾ ਪੰਜਾਬ। ਉਸਨੂੰ ਅਸੀਂ ਹੁਣ ਤੋਂ 3 ਸਾਲ ਪਹਿਲਾਂ 1 ਨਵੰਬਰ, ਕਿਉਂਕਿ ਪੰਜਾਬ ਸੂਬਾ ਦਿਨ ਹੁੰਦਾ, ਪੰਜਾਬ ਡੇ ਹੁੰਦਾ, ਉਹਨੂੰ ਅਸੀਂ ਇੱਕ ਬਹੁਤ ਬਿਹਤਰੀਨ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ, ਜਿਹੜੀ ਅਸੀਂ 22 ਦੇ 22 ਜ਼ਿਲ੍ਹਿਆਂ 'ਚ, ਸਾਰੇ ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਸਰਕਾਰੀ ਅਦਾਰੇ ਦੀ ਸਹਾਇਤਾ ਨਾਲ, ਸਕੂਲ, ਕਾਲਜਿਸ, ਇੰਸਟੀਟਿਊਸ਼ਨਸ, NGOs ਔਰ ਹਰੇਕ ਸਰਕਾਰੀ ਦਫ਼ਤਰ ਦੇ ਵਿੱਚ ਪਹੁੰਚਾਈ। ਉੱਥੋਂ ਲੋਕਾਂ ਨੂੰ ਇਹ ਪ੍ਰੇਰਣਾ ਹੋਈ। ਇਸ ਤੋਂ ਇਲਾਵਾ 3 ਅਸੀਂ ਡਾਕੂਮੈਂਟਰੀ ਫਿਲਮਸ ਤਿਆਰ ਕੀਤੀਆਂ, ਜਿਹੜੀਆਂ ਕਿ ਵੀ ਹੈਗੀਆਂ ਸਾਡਾ ਸੋਹਣਾ ਪੰਜਾਬ। ਉਸ ਤੋਂ ਬਾਅਦ ਜਿਹੜੀ ਸਾਡੀ ਬਠਿੰਡੇ ਦੇ ਵਿੱਚ ਜਿਹੜਾ ਲਾਰਜੈਸਟ ਸਾਈਜ਼ ਫੋਰਟ ਕਿਲ੍ਹਾ ਹੈ ਇੰਡੀਆ ਦਾ, ਉਹ ਬਠਿੰਡਾ ਫੋਰਟ ਹੈ ਔਰ ਉੱਥੇ ਦੀ ਇੱਕ ਬਹੁਤ ਵੱਡੀ ਹਿਸਟੋਰਿਕ ਹਿਸਟਰੀ ਦੀ ਖਾਸੀਅਤ ਆ ਵੀ ਜਿਹੜੀ ਰਜ਼ੀਆ ਸੁਲਤਾਨਾ ਬੇਗਮ ਸੀ ਉਹਨੂੰ ਉੱਥੇ ਕੈਦ ਕੀਤਾ ਹੋਇਆ ਸੀ ਅਤੇ ਉੱਥੋਂ ਉਹ ਦੌੜ ਕੇ ਘੋੜੇ 'ਤੇ ਛਾਲ ਮਾਰ ਕੇ ਗਈ ਸੀ ਔਰ ਉਸੀ ਆਪਣਾ ਜਿਹੜਾ ਬਠਿੰਡੇ ਦਾ ਕਿਲ੍ਹਾ ਆ ਉਹਦੇ ਉੱਚਾਈ ਦੇ ਉੱਪਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈ। ਉਸ 'ਤੇ ਪਿਕਚਰ ਬਣਾਈ ਜਿਹੜੀ ਅੰਮ੍ਰਿਤਸਰ ਦੇ ਹੈਰੀਟੇਜ ਮਿਊਜ਼ੀਅਮ ਦੇ ਵਿੱਚ ਰਿਲੀਜ਼ ਕੀਤੀ ਗਈ। ਉਸ ਤੋਂ ਉਪਰੰਤ ਅਸੀਂ ਬਹੁਤ ਵੱਡਾ ਇੱਕ ਹੋਰ ਪ੍ਰੋਜੈਕਟ ਕੀਤਾ ਜਿਹਦੇ ਵਿੱਚ ਅਸੀਂ ਬਸੀਆਂ ਕੋਠੀ ਜਿਹੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਆ ਉਹਦਾ ਇਤਿਹਾਸ ਮਹਾਰਾਜਾ ਦਲੀਪ ਸਿੰਘ ਨਾਲ, ਦੈਟ ਇਜ਼ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਆਖਰੀ ਵਾਰਿਸ ਸਨ ਦਲੀਪ ਸਿੰਘ ਜੀ, ਉਹਨਾਂ ਨੂੰ ਉੱਥੇ ਅੰਗਰੇਜ਼ਾਂ ਨੇ ਇੱਕ ਰਾਤ ਲਈ ਕੈਦ ਰੱਖਿਆ ਸੀ ਤੇ ਉਸ ਤੋਂ ਉਪਰੰਤ ਉਹ ਮਤਲਬ ਭਾਰਤ 'ਚ ਨਹੀਂ ਰਹੇ, ਇੰਗਲੈਂਡ ਚਲੇ ਗਏ। ਉਸ 'ਤੇ ਪਿਕਚਰ ਬਣਾਈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਿਹੜੀ ਕਿ ਇੱਕ ਅੱਜ ਸੰਸਾਰ ਭਰ ਦੇ ਵਿੱਚ ਯੂਨੀਵਰਸਿਟੀ ਦਾ ਸਾਡੂ ਮਾਣ ਹੈ, ਨਾਮ ਹੈਗਾ, ਉੱਥੇ ਸੱਭਿਆਚਾਰਕ ਅਤੇ ਸਾਡਾ ਪੰਜਾਬੀ ਪਿਛੋਕੜ 'ਤੇ ਇੱਕ ਮਿਊਜ਼ੀਅਮ ਹੈਗਾ ਜਿਹੜਾ ਕਿ ਵੀ ਹੁਣ ਤੋਂ 37 ਸਾਲ ਪਹਿਲਾਂ ਦੀ ਦੈਨ ਵਾਈਸ ਚਾਂਸਲਰ ਲੇਟ ਡਾਕਟਰ MS ਰੰਧਾਵਾ ਜੀ ਦੀ ਬਹੁਤ ਹੀ ਇੱਕ ਵਿਜ਼ਨਰੀ ਐਫਰਟ ਨਾਲ ਤਿਆਰ ਕੀਤਾ ਗਿਆ। ਉਸ 'ਤੇ ਮੈਂ ਡਾਕੂਮੈਂਟਰੀ ਫਿਲਮ ਬਣਾਈ ਔਰ ਮੈਂ ਇਹਦੇ ਵਿੱਚ ਰਿਣੀ ਹੈਗਾ। ਮਿਸਟਰ ਸੰਜੀਵ ਅਰੋੜਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ, ਉਹਨਾਂ ਨੇ ਸਪੋਰਟ ਕਰਕੇ ਔਰ ਮੌਜੂਦਾ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਜੀ, ਪ੍ਰੈਜੈਂਟ ਵਾਈਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਇਹਦਾ ਅਸੀਂ ਬਹੁਤ ਵੱਡਾ ਇੱਕ ਸ਼ੋਅ ਰੱਖਿਆ। ਅੱਜ ਮੈਂ ਸਾਰੇ ਹੀ ਇੰਗਲੈਂਡ ਦੇ ਸਤਿਕਾਰਯੋਗ ਆਪਣੇ ਪੰਜਾਬੀ ਭੈਣ ਭਰਾ ਬਜ਼ੁਰਗ ਬੱਚਿਆਂ ਨੂੰ ਬੇਨਤੀ ਕਰੂੰਗਾ ਵੀ ਜਦੋਂ ਵੀ ਕਿਸੇ ਵੀ ਸਮਾਗਮ ਦੇ ਤਲਕ ਦੇ ਵਿੱਚ ਪੰਜਾਬ 'ਚ ਆਉਂਦੇ ਨੇ, ਉਹ ਮੇਬੀ 2 to 3 hours ਦਾ ਟਾਈਮ ਕੱਢ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਇਹ ਮਿਊਜ਼ੀਅਮ ਦੇਖਣ। ਤੁਹਾਨੂੰ ਇੰਨੀ ਖੁਸ਼ੀ ਹੋਏਗੀ ਵੀ ਪੀੜੇ ਤੋਂ ਲੈ ਕੇ, ਖੁੰਡੇ ਤੋਂ ਲੈ ਕੇ, ਤੌੜੀ ਤੋਂ ਲੈ ਕੇ ਅਤੇ ਅੱਜ ਦੀ ਫੁਲਕਾਰੀ ਤੱਕ ਜੋ ਵਿਰਾਸਤੀ ਸਾਡੀ ਪੰਜਾਬ ਦੀਆਂ
ਸਾਡਾ ਕਿਵੇਂ ਪਿਛੋਕੜ ਹੁੰਦਾ ਸੀ, ਕਿਵੇਂ ਆਪਣੇ ਦਾਦੇ ਬਾਬੇ ਰਹਿੰਦੇ ਸੀ, ਕਿਵੇਂ ਆਪਣੇ ਪਿਤਾ ਜੀ ਹੁਣੀ ਰਹਿੰਦੇ ਸੀ, ਕਿਵੇਂ ਪਿੰਡਾਂ 'ਚ ਆਪਣਾ ਜੀਵਨ ਸੀ, ਉਹਦਾ ਸਾਰਾ ਇੱਕ ਬਹੁਤ ਅੱਛਾ ਡਿਪਿਕਸ਼ਨ ਉੱਥੇ ਕੀਤੀ ਗਈ ਹੈ। ਸੋ ਹੁਣ ਅਸੀਂ ਲੇਟੈਸਟ ਜਿਸ ਤਰ੍ਹਾਂ ਕਿ ਵੀ ਮੈਂ ਕਹਿੰਦਾ ਵੀ ਲੋਕਾਂ ਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਸਾਂਝੀ ਔਰ ਮੈਂ ਬਹੁਤ ਤਹਿ ਦਿਲੋਂ ਹਰ ਜਗ੍ਹਾ ਆ ਕੇ ਗੱਲ ਕੀਤੀ ਹੈ, ਜੇ ਹਮੇਸ਼ਾ ਬੰਦਾ ਕਿਤੇ ਨਾ ਕਿਤੇ ਜਾ ਕੇ ਕੁਛ ਸਿੱਖਦਾ। ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਮੌਕਾ ਮਿਲਿਆ ਇਸ ਸਾਲ 2 ਵਾਰੀ ਇੰਗਲੈਂਡ ਆਉਣ ਦਾ। ਜੂਨ ਜੁਲਾਈ ਦੇ ਵਿੱਚ ਮੈਂ ਨੈਚੁਰਲ ਅਤੇ ਹੈਰੀਟੇਜ ਲੋਕੇਸ਼ਨਸ 'ਤੇ ਜਿਹੜਾ ਪ੍ਰੋਜੈਕਟ ਕੀਤਾ ਸੀਗਾ ਮਹਾਰਾਜਾ ਦਲੀਪ ਸਿੰਘ 'ਤੇ ਪਿਕਚਰ ਬਣਾਈ ਸੀ, ਦ ਲਾਸਟ ਈਵਨਿੰਗ ਆਫ ਦ ਲਾਸਟ ਸਿੱਖ ਰੂਲਰ ਔਨ ਦ ਲੈਂਡ ਆਫ ਪੰਜਾਬ, ਜਿਹੜੀ ਐਟਫਰਟ ਦੇ ਵਿੱਚ 7th ਜੁਲਾਈ ਨੂੰ ਸੇਂਟ ਐਂਡਰੂ ਪੈਟ੍ਰਿਕ ਚਰਚ ਦੇ ਵਿੱਚ ਸਮੁੱਚੇ ਭਾਰਤੀਆਂ ਨੂੰ ਅਤੇ ਬ੍ਰਿਟਿਸ਼ ਲੋਕਾਂ ਨੂੰ ਆਪਣਾ ਮਿਸਟਰ ਇੰਡੀ ਸੰਧੂ ਹੁਣਾਂ ਵੱਲੋਂ, ਜਿਹੜੇ ਐਸਿਕ ਸੋਸਾਇਟੀ ਦੇ ਹੈਗੇ ਨੇ ਚੇਅਰਮੈਨ, ਅਤੇ ਪੀਟਰ ਬਰੂਨਸ ਹੁਣਾਂ ਵੱਲੋਂ, ਉਹਨਾਂ ਵੱਲੋਂ ਪ੍ਰੋਜੈਕਸ਼ਨ ਵੀ ਕੀਤੀ ਗਈ। ਔਰ ਉਸ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸਾਡੇ ਇੰਡੀਅਨ ਓਰੀਜਨ MPs ਦੀ ਸਪੋਰਟ ਔਰ ਉਹਨਾਂ ਦੀ ਪੈਟਰੇਜ ਨਾਲ ਅਸੀਂ ਇੰਡੀਅਨ ਕਮਿਊਨਿਟੀ ਨੂੰ ਵੀ ਦਿਖਾਈ। ਔਰ ਰਾਦਰ ਆਈ ਐਮ ਗ੍ਰੇਟਫੁਲ ਟੂ ਦ ਇੰਡੀਅਨ ਹਾਈ ਕਮਿਸ਼ਨ ਜਿਨ੍ਹਾਂ ਨੇ ਉਸ ਨੂੰ ਲਾਂਚ ਵੀ ਕੀਤਾ। ਹਰਪ੍ਰੀਤ ਜੀ, ਤੁਸੀਂ ਇੱਕ ਬਹੁਤ ਵਧੀਆ ਇੱਕ ਬੁੱਕ ਤਿਆਰ ਕੀਤੀ ਆ, ਜਿਹੜੀ ਆ ਤਸਵੀਰਾਂ ਨੇ ਸਪਿਰਚੁਅਲ ਜਰਨੀ ਆਫ ਗੁਰੂ ਤੇਗ ਬਹਾਦਰ ਜੀ। ਅਸੀਂ ਉਹਦਾ ਕਲਿੱਪ ਆਪਣੇ ਦਰਸ਼ਕਾਂ ਨੂੰ ਪਹਿਲਾਂ ਦਿਖਾਵਾਂਗੇ, ਫਿਰ ਤੁਹਾਡੇ ਨਾਲ ਉਹਦੇ ਬਾਰੇ ਅਸੀਂ ਗੱਲ ਵੀ ਕਰਾਂਗੇ, ਠੀਕ ਹੈ ਜੀ? ਜੀ ਹਾਂ, ਅਸੀਂ ਹੁਣ ਦੇਖਦੇ ਹਾਂ ਨਿੱਕਾ ਜਿਹਾ ਕਲਿੱਪ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਸੰਬੰਧਿਤ, ਜੋ ਤੁਸੀਂ ਇੱਕ ਵੀਡੀਓ ਤਿਆਰ ਕੀਤੀ ਆ। ਛੋਟੀ ਜਿਹੀ ਕਲਿੱਪ ਸੀ 20-21 ਸੈਕਿੰਡ ਦੀ, ਤੇ ਤੁਸੀਂ ਦੱਸੋ ਕਿ ਇਸ ਕਿਤਾਬ ਦੇ ਵਿੱਚ, ਕਿਉਂਕਿ ਤੁਹਾਡੇ ਕੰਮ ਬਹੁਤ ਜ਼ਿਆਦਾ ਨੇ, ਸਮਾਂ ਸਾਡੇ ਕੋਲ ਬਹੁਤ ਥੋੜਾ ਹੈਗਾ ਆ, ਤੇ ਇਹਦੇ ਬਾਰੇ ਵੀ ਥੋੜਾ ਦੱਸੋ, ਤੇ ਨਾਲ ਦੀ ਨਾਲ ਜਿਹੜੀ ਤੁਹਾਡੀ ਆ ਰਹੀ ਹੈਗੀ ਆ ਫਿਲਮ, ਤੁਹਾਡੀ ਰਿਲੀਜ਼ ਹੋ ਰਹੀ ਆ ਅਟਾਰੀ ਜੰਕਸ਼ਨ, ਉਹਦੇ ਬਾਰੇ ਦੱਸੋ ਕਿ ਉਹ ਕਿਸ ਚੀਜ਼ ਬਾਰੇ ਹੈਗੀ ਆ। ਪਹਿਲਾਂ ਆਪਾਂ ਕਿਤਾਬ ਬਾਰੇ ਗੱਲ ਕਰਦੇ ਹਾਂ। ਦੇਖੋ ਜੀ, ਮੈਂ ਤਾਂ ਇਹਦੇ 'ਚ ਇਹੀ ਕਹੂੰਗਾ ਤੁਹਾਡੇ ਨਾਲ ਸਾਰਿਆਂ ਨਾਲ, ਇੰਗਲੈਂਡ ਦੇ ਆਪਣੇ ਵਸਨੀਕ ਸਤਿਕਾਰਯੋਗ ਵਸੀਕਾਂ ਨਾਲ, ਵੀ ਕਹੋ ਨਾਨਕ ਸਭ ਤੇਰੀ ਵਡਿਆਈ ਕੋ ਨਾਉ ਨਾ ਜਾਣੇ ਮੇਰਾ। ਇਹ ਬਿਲਕੁਲ ਜੀ, ਨਾ ਤਾਂ ਇਹ ਮੈਂ ਕੰਮ ਕੀਤਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਨਾਲ ਵਾਹਿਗੁਰੂ ਨੇ ਹੱਥੀਂ ਕੰਮ ਕਰਾਇਆ। ਸਪਿਰਚੁਅਲ ਜਰਨੀ ਆਫ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਬਰਥ ਤੋਂ ਲੈ ਕੇ, ਉਹਨਾਂ ਦੇ ਪ੍ਰਕਾਸ਼ ਤੋਂ ਲੈ ਕੇ ਉਹਨਾਂ ਦੇ ਸ਼ਹਾਦਤ ਤੱਕ ਦਾ ਜਿਹੜਾ ਸਫ਼ਰ ਆ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਜਨਮ ਆ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਅੰਮ੍ਰਿਤਸਰ ਵਿੱਚ ਹੋਇਆ, ਕਿੱਥੇ ਵਿਵਾਹ ਹੋਇਆ, ਕਿੱਥੇ ਭਗਤੀ ਕੀਤੀ, ਕਿੱਥੇ ਕਿੱਥੇ ਉਹਨਾਂ ਨੇ ਭਾਈਚਾਰੇ ਦਾ ਮਾਰਗ ਦੱਸਿਆ, ਅਤੇ ਕਿੱਥੇ ਸ਼ਹਾਦਤ ਹੋਈ, ਉਹਨਾਂ ਦਾ ਇੱਕ ਪਿਕਟੋਰੀਅਲ ਵਰਕ ਕਰਕੇ, ਜਿਸਨੂੰ ਤਕਰੀਬਨ 1.5 ਸਾਲ ਦਾ ਸਮਾਂ ਮੈਨੂੰ ਰੈਗੂਲਰ ਲੱਗਾ, ਅਤੇ 6 ਮਹੀਨੇ ਉਸਦੀ ਡਿਪਿਕਸ਼ਨ ਕਰਨ ਨੂੰ ਲੱਗੇ ਸਾਨੂੰ, ਉਹ ਅਸੀਂ ਡੈਡੀਕੇਟ ਕੀਤੀ ਕੋਫੀਟੇਬਲ ਬੁੱਕ ਟੂ ਦ ਡਾਇਵਰਸ ਕਮਿਊਨਿਟੀਜ਼ ਇਨ UK, ਜਿਹੜੀ ਕਿ ਵੀ ਅਸੀਂ 1 ਸਪਟੈਂਬਰ ਤੋਂ 13 ਸਪਟੈਂਬਰ ਤੱਕ ਬੜੀ ਮਰਿਆਦਾ ਅਤੇ ਸਤਿਕਾਰ ਨਾਲ ਸਾਰੇ ਹੀ ਇੰਗਲੈਂਡ ਸਾਡੇ ਪੰਜਾਬੀਆਂ ਨਾਲ, ਔਰ ਖਾਸ ਕਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ, ਮੈਂ ਸਾਰਿਆਂ ਦਾ ਰਿਣੀ ਹਾਂ, ਆਪਣਾ ਟੈਨ ਢੇਸੀ ਸਾਹਿਬ ਦਾ, ਸੀਮਾ ਮਲਹੋਤਰਾ ਜੀ ਦਾ, ਪ੍ਰੀਤ ਗਿੱਲ ਜੀ ਦਾ, ਵਰਿੰਦਰ ਸ਼ਰਮਾ ਜੀ ਦਾ, ਔਰ ਜਿੰਨੇ ਵੀ ਸਾਡੇ ਹਰਮਨ ਪਿਆਰੇ ਰਿਸ਼ਤੇਦਾਰ ਅਤੇ ਦੋਸਤ ਇੰਗਲੈਂਡ 'ਚ ਜਿੱਥੇ ਜਿੱਥੇ ਵੀ ਬੈਠੇ ਨੇ, ਸਾਰਿਆਂ ਨੇ ਸਮਾਂ ਕੱਢ ਕੇ ਬਹੁਤ ਹੀ ਮਰਿਆਦਾ ਨਾਲ ਅਸੀਂ 16 ਗੁਰਦੁਆਰਾ ਸਾਹਿਬਾਨ 'ਚ, ਜਿਹਦੇ 'ਚ ਅਸੀਂ ਸਾਊਥ ਹਾਲ ਗੁਰਦੁਆਰਾ ਸਾਹਿਬ ਤੋਂ ਲੈ ਕੇ ਸ਼ੁਰੂਆਤ ਕਰਕੇ ਉਸਨੂੰ ਅਸੀਂ ਨੋਟਿੰਗਮ ਦੇ ਗੁਰਦੁਆਰਾ ਸਾਹਿਬ ਤੱਕ, ਫਿਰ ਉਸ ਤੋਂ ਬਾਅਦ ਆਪਾਂ ਲੈ ਲਈਏ ਗਰੇਵਜ਼ਐਂਡ ਗੁਰਦੁਆਰਾ ਸਾਹਿਬ ਤੱਕ, ਫਿਰ ਜਿਹੜੇ ਪਹਿਲੇ ਗੁਰਦੁਆਰਾ ਸਾਹਿਬ ਹੈਗੇ ਆ ਆਪਣਾ ਗੁਰਦੁਆਰਾ ਸ਼ੇਪਟ ਉੱਥੇ ਸੈਂਟਰਲ ਲੰਡਨ ਦੇ ਵਿੱਚ, ਉੱਥੇ ਇਸ ਤੋਂ ਇਲਾਵਾ ਅਸੀਂ ਇਸਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਥਰੂ ਬ੍ਰਿਟਿਸ਼ ਆਪਣਾ ਇੰਡੀਅਨ ਓਰੀਜਨ MPs ਦੇ ਪਿਕਚਰ ਵੀ ਦਿਖਾਈ, ਕੋਫੀਟੇਬਲ ਬੁੱਕ ਵੀ ਦਿੱਤੀ। ਫਿਰ ਮੈਂ ਦੱਸਣਾ ਚਾਹੁੰਦਾ ਵੀ ਡਿਊ ਟੂ ਮਾਈ ਪਰਸਨਲ ਰਿਸਰਚ ਸਟੱਡੀ, ਮੇਰਾ ਇੱਕ ਸਬਜੈਕਟ ਹੈਗਾ ਲੀਗਲ ਕੰਪੈਰੇਟਿਵ ਸਟੱਡੀ, ਮੈਂ 2009 ਤੋਂ ਇਹ ਇਨੀਸ਼ੀਏਟ ਕੀਤਾ ਸੀਗਾ, ਹੁਣ ਤੱਕ ਮੈਂ 4 ਕਿਤਾਬਾਂ ਆਥਰ ਕੀਤੀਆਂ ਨੇ ਔਨ ਲੀਗਲ ਕੰਪੈਰੇਟਿਵ ਸਟੱਡੀ, ਔਰ ਮੇਰੀਆਂ ਅੱਜ ਬੁੱਕਸ ਇੰਗਲੈਂਡ ਦੇ ਕੇਂਬਰਿਜ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ, ਔਰ ਕੇਂਬਰਿਜ ਵਿੱਚ ਬੋਡਲਿਨ ਲਾਅ ਲਾਇਬ੍ਰੇਰੀ ਹੈਗੀ ਹੈ, ਅਤੇ ਆਕਸਫੋਰਡ ਯੂਨੀਵਰਸਿਟੀ ਦੀ ਲਾਅ ਲਾਇਬ੍ਰੇਰੀ ਦੇ ਵਿੱਚ
ਮੇਰੀਆਂ ਬੁੱਕਸ ਹੈਵ ਬੀਨ ਆਲਰੇਡੀ ਬੀਨ ਪਲੇਸਡ ਐਜ਼ ਅ ਐਡੀਸ਼ਨ ਤੇ ਮੈਂ ਉਹ ਲਿੰਕ ਨੂੰ ਰੱਖਦੇ ਹੋਏ ਮੈਂ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹੁੰਦਾ ਵੀ ਸਾਨੂੰ ਬੜੇ ਮਾਣ ਦੀ ਗੱਲ ਹੈ ਵੀ ਅੱਜ ਬ੍ਰਿਟੇਨ ਦੀ ਧਰਤੀ ਤੇ ਇੱਕ ਬਹੁਤ ਹੀ ਸਕਾਲਰ ਸਾਡੇ ਪੰਜਾਬ ਤੋਂ ਫਰੀਦਕੋਟ ਤੋਂ ਪਿਛੋਕੜ ਤੋਂ ਪ੍ਰੋਫੈਸਰ ਪ੍ਰੀਤਮ ਸਿੰਘ ਗਿੱਲ ਜਿਹੜੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਐਮਰਿਟਸ ਪ੍ਰੋਫੈਸਰ ਨੇ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਵੀ ਇਹ ਜਿਹੜਾ ਪ੍ਰੋਜੈਕਟ ਹੈਗਾ ਉਹਨਾਂ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲੀ ਵਾਰੀ ਵਿਲਸਨ ਕਾਲਜ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਰਜਿਸਟਰ ਕੀਤਾ ਗਿਆ ਉੱਥੇ ਉਹਨਾਂ ਨੇ ਇੱਕ ਫੰਕਸ਼ਨ ਰੱਖਿਆ ਜਿਹੜਾ ਕਿ ਵੀ 5 ਸਪਟੈਂਬਰ 2023 ਨੂੰ ਮੇਰੇ ਨਾਲ ਪ੍ਰੋਫੈਸਰ ਪ੍ਰੀਤਮ ਸਿੰਘ ਗਿੱਲ ਔਰ ਮਿਸਟਰ ਜਗਜੀਤ ਸਿੰਘ ਰੈਲੀ ਕੋਵੈਂਟਰੀ ਤੋਂ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਨੇ ਜਿਨ੍ਹਾਂ ਨੇ ਇਸ ਕੰਮ ਲਈ ਮੇਰੇ ਨਾਲ 15 ਦਿਨ ਅਣਥੱਕ ਮਿਹਨਤ ਕਰਕੇ ਸਮੁੱਚੇ ਲੋਕਾਂ ਤੱਕ ਪਹੁੰਚਾਇਆ ਅਸੀਂ ਇਸ ਨੂੰ ਪ੍ਰੋਜੈਕਟ ਕੀਤਾ ਹਰ ਵਰਗ ਦੇ ਵਿੱਚ ਗਏ ਇੰਡੀਅਨ ਹਾਈ ਕਮਿਸ਼ਨ ਦੇ ਥਰੂ ਕੀਤਾ ਐਮਨੈਸਟੀ ਇੰਟਰਨੈਸ਼ਨਲ ਦੇ ਥਰੂ ਕੀਤਾ ਜਿਹੜੀ ਕੈਥੋਲਿਕ ਚਰਚਿਸ ਨੇ ਜਿਹੜੇ ਆਪਣੇ ਜਿਹੜੇ ਹਿੰਦੂ ਟੈਂਪਲ ਨੇ ਬਰਮਿੰਗਮ ਦੇ ਵਿੱਚ ਬਰਮਿੰਗਮ ਫਿਰ ਜਿਸ ਤਰ੍ਹਾਂ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸਾਹਿਬ ਸਕੋਟਲੈਂਡ ਦੇ ਵਿੱਚ ਵੀ ਹੈਗਾ ਉੱਥੇ ਵੀ ਅਸੀਂ ਗਏ ਸਕੋਟਲੈਂਡ ਵੀ ਅਸੀਂ ਦੇ ਕੇ ਆਏ ਔਰ ਗੁਰਦੁਆਰਾ ਸਾਹਿਬਾਨ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਰਖਵਾਈਆਂ ਨੇ ਕਿਤਾਬਾਂ ਔਰ ਸੰਗਤ ਨੂੰ ਅਸੀਂ ਹੱਥੀਂ ਦੇ ਕੇ ਆਏ ਹਾਂ ਇਹ ਪ੍ਰੋਜੈਕਟ ਜਿਹੜਾ ਆ ਇਹ ਡੈਡੀਕੇਟ ਕੀਤਾ ਗਿਆ ਸੀ ਟੂ ਦਾ ਡਾਇਵਰਸ ਕਮਿਊਨਿਟੀਜ਼ ਆਫ ਯੂਕੇ ਤੇ ਹੁਣ ਅਸੀਂ ਇਹਨੂੰ 2 ਮਹੀਨੇ ਤੱਕ ਆਪਣੇ ਪੰਜਾਬ ਸੂਬੇ ਦੇ ਵਿੱਚ ਵੀ ਜਾਰੀ ਕਰਾਂਗੇ ਇਹਦਾ ਇੱਕੋ ਹੀ ਮਕਸਦ ਸੀਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਵਾਸ ਡਿਕਲੇਅਰਡ ਐਜ਼ ਦ ਟੋਰਚ ਬੇਰਰ ਆਫ ਹਿਊਮਨ ਰਾਈਟਸ ਬਾਈ ਦ ਐਮਨੈਸਟੀ ਇੰਟਰਨੈਸ਼ਨਲ ਇਨ 17th ਸੈਂਚੁਰੀ ਸੋ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸਲਾਨੀ ਸ਼ਹਾਦਤ ਆ ਉਹਨੂੰ ਕੋਟ ਕੋਟ ਪ੍ਰਣਾਮ ਔਰ ਖਾਸ ਕਰ ਜੋ ਇੱਕ ਯੂਨੀਵਰਸਲ ਬ੍ਰਦਰਹੁੱਡ ਦਾ ਸੰਦੇਸ਼ ਆ ਉਹਨੂੰ ਆਪਾਂ ਅਡੋਪਟ ਕਰੀਏ ਆਪਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਔਰ ਸਾਡੇ ਦਸੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਇੱਕ ਜਗਦੀ ਜੋਤ ਦੇ ਵਿੱਚ ਇੱਕ ਬਹੁਤ ਅਨਮੋਲ ਸਦਾ ਬਹਾਰ ਖਜ਼ਾਨਾ ਦੇ ਗਏ ਨੇ ਅੱਜ ਲੋੜ ਆ ਸਾਨੂੰ ਸਮਾਂ ਕੱਢ ਕੇ ਔਰ ਮੈਂ ਇੱਕ ਹੋਰ ਗੱਲ ਬਹੁਤ ਸਿੱਖੀ ਹੈ ਵੀ ਇੰਗਲੈਂਡ ਦੇ ਵਿੱਚ ਜਿਸ ਮਰਿਆਦਾ ਨਾਲ ਔਰ ਜਿਸ ਤਰ੍ਹਾਂ ਆਪਾਂ ਵਿਆਹ ਸ਼ਾਦੀਆਂ 'ਤੇ ਤਿਆਰ ਹੋ ਕੇ ਜਾਂਦੇ ਹਾਂ ਸਾਡੀ ਪੰਜਾਬੀ ਸੰਗਤ ਸੰਡੇ ਨੂੰ ਮੈਂ ਦੇਖਿਆ ਗੁਰਦੁਆਰਿਆਂ 'ਚ ਇਕੱਠੀ ਹੁੰਦੀ ਆ ਇਹ ਸਾਡੇ ਪੰਜਾਬ 'ਚ ਅਸੀਂ ਮਿਸ ਕਰਦੇ ਹੈ ਨਹੀਂ ਇਹ ਬੜੀ ਵੱਡੀ ਗੱਲ ਹੈ ਮੈਂ ਇਹਦੇ ਲਈ ਬਹੁਤ ਜ਼ਿਆਦਾ ਇੱਥੇ ਆ ਕੇ ਪ੍ਰਚਾਰ ਵੀ ਕੀਤਾ ਸਾਰਿਆਂ ਨੇ ਸਾਂਝੀ ਕੀਤੀ ਹੈ ਲੇਕਿਨ ਸਾਡੇ ਇੱਥੇ ਇਨੀਸ਼ੀਏਟਿਵ ਹੈ ਨਹੀਂ ਸੈਕਿੰਡਲੀ ਗੁਰੂ ਸਾਹਿਬ ਦੀ ਮਰਿਆਦਾ ਨੂੰ ਰੱਖਦੇ ਹੋਏ ਇੰਗਲੈਂਡ ਦੇ ਵਿੱਚ ਬੜਾ ਮੌਕਾ ਮਿਲਿਆ ਵਿਆਹ ਸ਼ਾਦੀਆਂ ਅਟੈਂਡ ਕਰਨ ਦਾ ਔਰ ਮੈਂ ਹੈਰਾਨ ਹੁੰਦਾ ਵੀ ਜਦੋਂ ਆਨੰਦ ਕਾਰਜ ਹੁੰਦੇ ਨੇ ਇੰਗਲੈਂਡ ਦੇ ਵਿੱਚ ਤੇ ਸਾਡਾ ਗੁਰਦੁਆਰਾ ਬਿਲਕੁਲ ਪੂਰਾ ਭਰਿਆ ਹੁੰਦਾ ਆ ਬਲਕਿ ਸਾਡੇ ਜਦੋਂ ਸਾਡੇ ਸੂਬੇ ਇੱਥੇ ਪੰਜਾਬ ਇੰਡੀਆ ਦੇ ਵਿੱਚ ਕੋਈ ਹੋਵੇ ਤਾਂ ਸਾਡੇ ਸਿਰਫ ਘਰਦਿਆਂ ਤੋਂ ਇਲਾਵਾ ਕਦੀ ਕੋਈ ਨਹੀਂ ਹੁੰਦਾ ਸੋ ਮਰਿਆਦਾ ਮੈਨੂੰ ਇਹ ਮਹਿਸੂਸ ਹੋਇਆ ਵੀ ਸਾਦਗੀ ਔਰ ਮਰਿਆਦਾ ਇੰਗਲੈਂਡ ਦੇ ਗੁਰਦੁਆਰਿਆਂ ਦੇ ਵਿੱਚ ਮੈਨੂੰ ਬਹੁਤ ਚੰਗੀ ਲੱਗੀ ਗੁਰਦੁਆਰਿਆਂ ਦੇ ਵਿੱਚ ਸਫਾਈ ਬੜੀ ਚੰਗੀ ਲੱਗੀ ਔਰ ਸਾਰਿਆਂ ਨਾਲੋਂ ਵੱਡੀ ਗੱਲ ਆ ਵੀ ਲੋਕ ਆਪ ਸੇਵਾ ਕਰਦੇ ਆ ਸੋ ਇਹ ਮੈਨੂੰ ਸਿੱਖਣ ਨੂੰ ਵੀ ਮਿਲਿਆ ਔਰ ਮੈਂ ਇਹਦੀ ਵਡਿਆਈ ਵੀ ਕਰਦਾ ਔਰ ਮੁਬਾਰਕ ਵੀ ਦਿੰਦਾ ਸਾਰਿਆਂ ਨੂੰ ਹਾਂ ਭਾਰਤੀ ਸਾਡੇ ਕੋਲ 2 ਮਿੰਟ ਬਾਕੀ ਰਹਿ ਗਏ ਨੇ ਜਿਹੜੀ ਅਸੀਂ ਗੱਲ ਕੀਤੀ ਸੀ ਅਟਾਰੀ ਜੰਕਸ਼ਨ ਦੀ ਉਹਦਾ ਤੁਹਾਡੇ ਮਨ ਵਿੱਚ ਕਿਵੇਂ ਖਿਆਲ ਆਇਆ ਉਹ ਕਦੋਂ ਰਿਲੀਜ਼ ਹੋਣੀ ਆ ਜਾਂ ਹੋ ਗਈ ਆ ਉਹਦੇ ਬਾਰੇ ਦੱਸੋ ਥੋੜਾ ਜਿਹਾ ਦੇਖੋ ਜੀ ਪੰਜਾਬ ਦੇ ਵਿੱਚ ਜਿੱਦਾਂ ਮੈਂ ਜ਼ਿਕਰ ਕੀਤਾ ਸਰਦਾਰ ਸਾਹਿਬ ਵੀ ਹੈਰੀਟੇਜ ਲੋਕੇਸ਼ਨ ਸਾਡੇ ਕੋਲ ਬਹੁਤ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ 50 ਤੋਂ 60 ਹਜ਼ਾਰ ਬੰਦਾ ਹਰ ਰੋਜ਼ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਲੱਖ ਬੰਦਾ ਸੱਚਖੰਡ ਦਰਬਾਰ ਸਾਹਿਬ ਵੀ ਆਉਂਦਾ ਹੈ ਦੁਰਗਿਆਣਾ ਮੰਦਿਰ ਵੀ ਜਾਂਦਾ ਲੇਕਿਨ ਉਹਦੇ ਚੋਂ 50% ਬੰਦੇ ਹੁਸੈਨੇਵਾਲਾ ਵਾਹਗਾ ਬਾਰਡਰ ਤੇ ਵੀ ਜਾਂਦੇ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ 1.5 ਕਿਲੋਮੀਟਰ ਫਰਲਾਂਗ ਤੇ ਅਟਾਰੀ ਬਾਰਡਰ ਹੈ ਜਿਹੜਾ 161 ਸਾਲ ਪੁਰਾਣਾ ਰੇਲਵੇ ਸਟੇਸ਼ਨ ਆ ਔਰ ਇਹ ਉਹ ਰੇਲਵੇ ਸਟੇਸ਼ਨ ਹੈ ਜਿਸ ਨੇ 1947 ਦੇ ਬਟਵਾਰੇ ਦਾ ਦਰਦਨਾਕ ਦ੍ਰਿਸ਼ ਦੇਖਿਆ ਹੋਇਆ ਸੋ ਇਹ ਮੇਰੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਇਸ ਤੇ ਫਿਰ ਉਹ ਤੇ ਅਸੀਂ ਪਰਮਿਸ਼ਨ ਲੈ ਕੇ ਜੁਲਾਈ ਦੇ ਵਿੱਚ ਜੂਨ 'ਚ ਅਸੀਂ ਸ਼ੂਟਿੰਗ ਕੀਤੀ ਅਸੀਂ ਪਿਕਚਰ ਜਿਹੜੀ ਤਿਆਰ ਕੀਤੀ ਆ ਹੈਰੀਟੇਜ ਫਿਲਮ ਹੈ ਉਹ ਅਟਾਰੀ ਜੰਕਸ਼ਨ 161 ਈਅਰ ਓਲਡ ਰੇਲਵੇ ਸਟੇਸ਼ਨ ਇਹਨੂੰ ਅਸੀਂ ਡੈਡੀਕੇਟ ਕੀਤਾ ਹੈਗਾ ਟੂ ਪ੍ਰਮੋਟ ਦਿਸ ਮੋਸਟ ਓਲਡੈਸਟ ਹੈਰੀਟੇਜ ਰੇਲਵੇ ਸਟੇਸ਼ਨ ਔਰ ਇਹ ਮੈਂ ਦੱਸਣਾ ਚਾਹੁੰਦਾ ਇਹਦਾ ਥੀਮ ਕੀ ਹੈ ਅੱਜ ਵਰਲਡ ਦੇ ਵਿੱਚ ਸ਼ਾਰਟੈਸਟ ਲਿੰਕ ਆਫ 2 ਕੰਟਰੀਜ਼ ਵਿਦ ਦ ਰੇਲਵੇ ਲਿੰਕ ਇਜ਼ ਇੰਡੀਆ ਐਂਡ ਪਾਕਿਸਤਾਨ ਕਿਉਂਕਿ ਆਪਾਂ ਜਦੋਂ ਇਹ ਸਾਡੇ ਅੰਮ੍ਰਿਤਸਰ ਦੇ ਬਾਰਡਰ ਤੇ ਆ ਸਾਡਾ ਵਾਹਗਾ ਅਟਾਰੀ ਆ ਜਾਂਦਾ
ਤੇ ਜਦੋਂ ਪਾਕਿਸਤਾਨ ਦਾ ਗੇਟ ਖੁੱਲਦਾ ਰੇਲਵੇ ਟਰੈਕ ਦਾ ਤੇ ਵਾਗਾ ਬਾਰਡਰ ਉਹਨਾਂ ਦਾ ਪਹਿਲਾ ਵਾਗਾ ਸਟੇਸ਼ਨ ਆ ਸੋ ਇਹ ਪਿਕਚਰ ਤਿਆਰ ਹੋ ਚੁੱਕੀ ਹੈ ਇਹਨੂੰ ਸਾਰੇ ਇੰਟਲੈਕਚੁਅਲਸ ਕੈਮਰਾ ਫੇਸ ਕਰ ਰਹੇ ਨੇ ਇਹਦੇ ਅਸੀਂ ਟ੍ਰੇਲਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਦੇ ਪੀ ਵੀ ਆਰ ਸਿਨੇਮਾ 'ਚ ਰਿਲੀਜ਼ ਕਰ ਚੁੱਕੇ ਹਾਂ ਤੇ ਇਸ ਨੂੰ ਜਨਵਰੀ ਐਂਡ ਔਰ ਫੈਬਰਰੀ ਫਸਟ ਵੀਕ ਦੇ ਵਿੱਚ ਅਸੀਂ ਇੰਡੀਆ 'ਚ ਰਿਲੀਜ਼ ਕਰਾਂਗੇ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਪਿਛਲੀ ਵਾਰ ਆਪਣੇ ਜਦੋਂ ਇੰਗਲੈਂਡ ਆਇਆ ਸਾਰਿਆਂ ਨਾਲ ਸਾਂਝ ਕੀਤੀ ਸੀ ਵੀ ਪਰਮਾਤਮਾ ਸੁੱਖ ਰੱਖੇ ਆਪਾਂ ਇਹਨੂੰ ਡੈਡੀਕੇਟ ਕਰਾਂਗੇ ਟੂ ਦਾ ਡਾਇਵਰਸ ਕਮਿਊਨਿਟੀ ਇਨ ਯੂ ਕੇ ਅਤੇ ਜੂਨ ਜਾਂ ਜੁਲਾਈ ਦੇ ਵਿੱਚ ਸਾਰਿਆਂ ਨਾਲ ਸਲਾਹ ਕਰਕੇ ਇਹਨੂੰ ਇੰਗਲੈਂਡ 'ਚ ਬਹੁਤ ਵੱਡੇ ਪੱਧਰ 'ਤੇ ਦੇਖਾਂਗੇ ਕਿਉਂਕਿ ਆਪਾਂ ਘਰ ਦੇ ਵਿੱਚ ਆਪਣੇ ਬਜ਼ੁਰਗਾਂ ਤੋਂ ਦਾਦਾ ਬਾਬਿਆਂ ਤੋਂ ਨਾਨਕਿਆਂ ਤੋਂ ਸੁਣਿਆ ਪੇਰੈਂਟਸ ਤੋਂ ਸੁਣਿਆ ਜਿਹੜਾ ਆਪਣਾ 1947 ਦਾ ਦਰਦਨਾਕ ਸੀ ਸੋ ਅਸੀਂ ਇਹ ਰੇਲਵੇ ਸਟੇਸ਼ਨ ਨੂੰ ਅੱਜ ਇਸ ਫਿਲਮ ਰਾਹੀਂ ਪ੍ਰੋਜੈਕਟ ਕਰਾਂਗੇ ਵੀ ਲੋਕ ਆ ਕੇ ਇਹਨੂੰ ਦੇਖਣ ਕਿਉਂਕਿ ਅਗਰ ਇਹੋ ਜਿਹਾ ਕੋਈ ਮੋਨੂਮੈਂਟ ਤੁਹਾਡੇ ਇੰਗਲੈਂਡ ਦੇ ਵਿੱਚ ਜਾਂ ਕਿਤੇ ਵੀ ਵਰਲਡ ਦੀ ਕਿਸੇ ਕੰਟਰੀ 'ਚ ਹੋਵੇ ਤਾਂ 6 ਮੰਥਸ ਐਡਵਾਂਸ ਬੁਕਿੰਗ ਹੁੰਦੀ ਹੈ ਔਰ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਨੇ ਅਤੇ ਕਿਉਂ ਨਹੀਂ ਸਾਡੇ ਕੋਲ ਐਡਾ ਵੱਡਾ ਇੱਕ ਹੈਰੀਟੇਜ ਪਈ ਆ ਅਸੀਂ ਉਹਨੂੰ ਸਮੁੱਚੀ ਦੁਨੀਆ ਤੱਕ ਪਹੁੰਚਾਈਏ ਠੀਕ ਹੈ ਜੀ ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਕਿਉਂਕਿ 2 ਮਿੰਟ ਦਾ ਸਮਾਂ ਬਾਕੀ ਸਾਡੇ ਕੋਲ ਹੈ ਕਿ ਹੁਣ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜਿਹੜਾ ਉਹ 15ਵਾੜਾ ਜਿਹਾ ਚੱਲ ਰਿਹਾ ਹੈ ਸ਼ਹੀਦੀਆਂ ਦਾ ਹਫ਼ਤਾ ਚੱਲ ਰਿਹਾ ਹੈ ਔਰ ਉਹਦੇ ਬਾਰੇ ਵੀ ਤੁਸੀਂ ਕੋਈ ਪ੍ਰੋਜੈਕਟ ਤਿਆਰ ਕਰਨ ਦਾ ਵਿਚਾਰ ਬਣਾਇਆ ਹੈ ਹਾਂਜੀ ਇਹ ਵਾਹਿਗੁਰੂ ਦੀ ਕਿਰਪਾ ਨਾਲ ਜੀ ਪਿਛਲੇ ਤਕਰੀਬਨ 6 ਤੋਂ 7 ਸਾਲ ਹੀ ਹੋ ਗਏ ਨੇ ਹਰ ਸਾਲ ਜਿਹੜਾ ਇਹ ਹਫ਼ਤਾ ਹੈਗਾ ਗੁਰੂ ਸਾਹਿਬ ਦੇ ਪਰਿਵਾਰ ਦਾ ਸ਼ਹਾਦਤ ਅਨੰਦਪੁਰ ਸਾਹਿਬ ਤੋਂ ਚੱਲ ਕੇ ਚਮਕੌਰ ਦੀ ਗੜੀ ਫਿਰ ਆਪਣਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਇੱਕ ਪਵਿੱਤਰ ਸਥਾਨ ਆ ਜਿੱਥੇ ਸਾਡਾ ਇਤਿਹਾਸਿਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਜੋਤੀ ਸਰੂਪ ਸਾਹਿਬ ਦੀਆਂ ਜਿਹੜੀਆਂ ਪਰਮਿਸ਼ਨ ਨਾਲ ਉੱਥੇ ਦੇ ਪਾਲਕੀ ਸਾਹਿਬ ਦੀਆਂ ਉੱਥੇ ਦੇ ਭੋਰਾ ਸਾਹਿਬ ਦੀਆਂ ਜਾਂ ਹੋਰ ਕਈ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਜਿਨ੍ਹਾਂ ਨੂੰ ਅਸੀਂ ਡਿਪਿਕਟ ਕਰਕੇ ਫਰੇਮ ਕਰਾ ਕੇ ਅਸੀਂ ਗੁਰਦੁਆਰਾ ਸਾਹਿਬ ਰਾਹੀਂ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਫਤਿਹਗੜ੍ਹ ਸਾਹਿਬ ਹੈਗੀ ਜਾਂ ਫਤਿਹਗੜ੍ਹ ਪੁਲਿਸ ਡਿਪਾਰਟਮੈਂਟ ਦੇ ਥਰੂ ਅਸੀਂ ਸੰਗਤ ਦੇ ਵਿੱਚ ਉਹਨੂੰ ਐਜ਼ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੇਵਾ ਕਰਾਉਂਦੇ ਹਾਂ ਕੁਛ ਅਸੀਂ ਜਿਹੜੇ ਪਟਕੇ ਹੈਗੇ ਆ ਪਟਕੇ ਤਿਆਰ ਕਰਕੇ ਆਪਣੇ ਕੇਸਰੀ ਰੰਗ ਦੇ ਜਾਂ ਪੀਲੇ ਰੰਗ ਦੇ ਉਹ ਸੰਗਤ ਲਈ ਅਸੀਂ ਸੇਵਾ ਕਰਾਉਂਦੇ ਹਾਂ ਅਤੇ ਇਸ ਵਾਰੀ ਵੀ ਇਹੀ ਕਾਰਜ ਅਸੀਂ ਦੁਬਾਰਾ ਇਨੀਸ਼ੀਏਟ ਕੀਤਾ ਲੇਕਿਨ ਅਸੀਂ ਇਹ ਜਿਹੜਾ ਕਾਰਜ ਆ ਅਸੀਂ ਸੰਗਤ ਦੇ ਰੂਪ ਦੇ ਵਿੱਚ ਕਰਾਉਂਦੇ ਹਾਂ ਨਾ ਅਸੀਂ ਇਹਦਾ ਕਦੀ ਜ਼ਿਕਰ ਕਰੀਦਾ ਆ ਅਤੇ ਦੂਸਰਾ ਇਹ ਹੁੰਦਾ ਵੀ ਅੱਜ ਮੈਂ ਸਾਂਝ ਕਰਨਾ ਚਾਹੁੰਦਾ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਖਾਸ ਕਰਕੇ ਇੱਕ ਚੀਜ਼ ਨੂੰ ਰੱਖੇ ਵੀ ਜਿਹੜਾ ਇਹ ਸ਼ਹਾਦਤ ਦਾ ਸਪਤਾਹਿਕ ਇੱਕ ਪਵਿੱਤਰ ਹਫ਼ਤਾ ਆ ਕਹਿੰਦੇ ਹੁੰਦੇ ਸੀਗੇ ਪੁਰਾਣੇ ਵੇਲੇ ਵੀ ਲੋਕ ਫਤਿਹਗੜ੍ਹ ਸਾਹਿਬ ਦੀ ਸਰਹੰਦ ਦੀ ਧਰਤੀ 'ਤੇ ਲੋਕ ਇਹਨਾਂ ਦਿਨਾਂ 'ਚ ਭੁੰਜੇ ਸੌਂਦੇ ਆ ਮੰਜਿਆਂ 'ਤੇ ਵੀ ਨਹੀਂ ਪੈਂਦੇ ਇੰਨਾ ਸਤਿਕਾਰ ਆ ਸੋ ਆਪਾਂ ਆਪਣੀ ਇਸ ਜਿਹੜੀ ਇੱਕ ਐਡੀ ਵੱਡੀ ਹਿਸਟਰੀ ਹੈਗੀ ਆ ਉਸ ਨੂੰ ਆਪਾਂ ਸਤਿਕਾਰ ਦੇਈਏ ਉਸ ਤੋਂ ਆਪਾਂ ਸਿੱਖੀਏ ਅਸੀਂ ਇਹੀ ਇੱਕ ਪ੍ਰੇਰਣਾ ਕੁਰਸ਼ ਬਰੋਸ਼ਰਸ ਰਾਹੀਂ ਸੰਗਤ ਦੇ ਵਿੱਚ ਦੇ ਰਹੇ ਹਾਂ ਜੀ ਠੀਕ ਹੈ ਜੀ ਹਰਪ੍ਰੀਤ ਜੀ ਸਮਾਂ ਸਾਡੇ ਕੋਲ ਹੁਣ ਇਜਾਜ਼ਤ ਨਹੀਂ ਦੇ ਰਿਹਾ ਕਾਸ਼ ਅਸੀਂ ਤੁਹਾਡੇ ਨਾਲ ਘੰਟਾ ਹੋਰ ਗੱਲਾਂ ਕਰਦੇ ਰਹਿੰਦੇ ਤੁਹਾਡੇ ਕੋਲ ਇੰਨੀ ਜਾਣਕਾਰੀ ਹੈ ਦਰਸ਼ਕਾਂ ਨੂੰ ਬਹੁਤ ਆਨੰਦ ਆਇਆ ਹੋਵੇਗਾ ਤੁਹਾਡੀ ਗੱਲਬਾਤ ਸੁਣ ਕੇ ਤੇ ਅੱਜ ਆਪ ਜੀ ਤੋਂ ਇੱਥੇ ਅੱਗੇ ਲੈਂਦੇ ਹਾਂ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਤੁਹਾਨੂੰ ਬਹੁਤ ਬਹੁਤ ਆਉਂਦਾ ਜਿਹੜਾ ਸਾਲ ਹੈ ਕਰਮਾਂ ਵਾਲਾ ਹੋਵੇ ਔਰ ਸਾਡੇ ਸਾਰੇ ਪੰਜਾਬੀ ਵਸਨੀਕ ਇੰਗਲੈਂਡ ਦੀ ਧਰਤੀ ਤੇ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪਿਆਰੇ ਦਰਸ਼ਕੋ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰੇ ਵੀਰ ਹਰਪ੍ਰੀਤ ਸਿੰਘ ਸੰਧੂ ਜੀ ਜਿਹੜੇ ਕਿ ਹੁਣ ਤੁਸੀਂ ਦੇਖ ਹੀ ਲਿਆ ਹੈ ਉਹਦੇ ਬਾਰੇ ਸ਼ਬਦਾਂ 'ਚ ਤਾਂ ਕੁਛ ਕਹਿਣ ਦਾ ਕੁਛ ਬਚਿਆ ਨਹੀਂ ਹੈ ਉਹ ਇੰਨਾ ਯਤਨ ਕਰਦੇ ਨੇ ਇੰਨੀ ਸ਼ਿੱਦਤ ਦੇ ਨਾਲ ਜੋ ਪੈਸ਼ਨ ਦੇ ਨਾਲ ਉਹ ਕੰਮ ਕਰ ਰਹੇ ਨੇ ਤੇ ਅਸੀਂ ਦੁਆਈ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਕਾਲ ਪੁਰਖ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੋ ਇੱਥੇ ਅੱਜ ਦੇ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਪਿਆਰੇ ਦਰਸ਼ਕੋ ਅਗਲੀ ਵਾਰ ਤੁਹਾਡੇ ਨਾਲ ਹੋਰ ਮਹਿਮਾਨ ਅਸੀਂ ਲੈ ਕੇ ਆਵਾਂਗੇ ਹੋਰ ਜਾਣਕਾਰੀ ਤੁਹਾਡੇ ਵਾਸਤੇ ਇਕੱਠੀ ਕਰਾਂਗੇ ਤੁਸੀਂ ਜੁੜੇ ਰਹਿਣਾ ਸਿੱਖ ਚੈਨਲ ਦੇ ਨਾਲ ਤੇ ਸ਼ਿੰਦਰਪਾਲ ਸਿੰਘ ਨੂੰ ਦਿਓ ਆਗਿਆ ਆਓ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ